ਜਦੋਂ ਕਿਹਾ ਕਿ ਹਾਸਾ ਆਇਆ ਮਹਾਰਾਜ ਨੂੰ ਤਾਂ ਉੱਥੇ ਉਦਾਸ ਹੋਇਆ ਸੁਲਤਾਨੀ ਬਾਗ 'ਚ। ਉਦਾਸ ਹੋਣ ਦਾ ਗਸ ਖਾ ਕੇ ਗਿਲਕਾ ਸਾਰੀਆਂ ਥੱਲੇ ਪਿਆ ਰਿਹਾ। ਸਵੇਰੇ ਜਾ ਗਾਈ ਨਾਏ ਧੋਏ ਵਰਦੀ ਪਹਿਨੀ ਚਿਹਰੀ ਲਾ ਲਈ ਜਾ ਕੇ। ਬਾਦਸ਼ਾਹ ਕਹਿੰਦਾ ਹੇ ਵਜ਼ੀਰ ਆਹ ਤੀਸਰਾ ਚਾਂਦ ਸੋਰ ਬੀਤਿਆ। ਕਿਹੜਾ ਬੀਤਿਆ ਬਾਦਸ਼ਾਹ? ਕਿ ਰਾਤ ਮੇਰੀ ਸ਼ਹੀਦ ਦੇ ਬਾਂਧੀ ਸੁੱਤੀ ਪਈ, ਮੈਂ ਉਹਦੇ ਤਿੰਨ ਘੋੜੇ ਮਾਰੇ, ਉਹ ਹੱਸ ਕੇ ਖੜੀ ਹੋਈ। ਆਹ ਸਵਾਲ ਜਵਾਬ ਕੀਤੇ ਉਹਨੇ। ਤਾਂ ਵਜ਼ੀਰ ਕਹਿਣ ਲੱਗਾ ਬਾਦਸ਼ਾਹ ਅੱਜ ਤੱਕ ਬਾਂਧੀ ਤੁਹਾਡੀ ਸ਼ਹੀਦ 'ਤੇ ਨਹੀਂ ਸੁੱਤੀ, ਅੱਜ ਸੋਣਾ ਤਾਂ ਨਹੀਂ ਵੀ ਮੈਂ ਜਾ ਕੇ ਘੋੜੇ ਮਾਰੇ। ਕਹਿੰਦਾ ਚੰਗਾ ਜੀ ਮਹਾਰਾਜ। ਬਾਦਸ਼ਾਹ ਕਹਿਣ ਲੱਗਾ ਵਜ਼ੀਰ ਕਿ ਹੁਣ ਜਿਹੜੀ ਬਾਂਧੀ ਉਹਨੂੰ ਬੁਲਾ ਲੈਂਦੇ ਹਾਂ, ਜੇ ਉਹਦੀ ਪਿੱਠ ਕੋਈ ਨਿਸ਼ਾਨ ਹੋਵੇ ਤਾਂ ਉਹਨੂੰ ਜਿਉਣੇ ਸਸਪੈਂਡ ਕਰ ਦਿਆਂਗੇ, ਬਾਂਧੀ ਹੋ ਰੱਖੀ ਜੋ। ਜਦ ਉਹ ਬਾਂਧੀ ਬੁਲਾਈ ਗਈ, ਜੇ ਉਹ ਬਾਂਧੀ ਹੋਵੇ ਤਾਂ ਨਿਸ਼ਾਨ ਲੱਗੇ, ਤਾਂ ਸਾਰੇ ਤਾਵੜੀਆਂ ਮਾਰ ਕੇ ਗਿਆ ਬਾਦਸ਼ਾਹ। ਰਾਤ ਸੁਪਨਾ ਆਇਆ ਸੁਪਨਾ, ਹੁਣ ਇੰਨੀ ਪਬਲਿਕ ਮੂਹਰੇ ਬਾਦਸ਼ਾਹ ਵਿਚਾਰਾ ਫਿਰ ਚੁੱਪ ਕਰ ਗਿਆ। ਗੱਲੇ ਦੀ ਕਿਆ ਭਾਅ ਹੈ? ਚੌਥਾ ਰੂਪ ਮਹਾਰਾਜ ਜੀ ਨੇ ਜੋਗੀਆ ਰੂਪ ਧਾਰਿਆ, ਫਕੀਰ ਸਾਈ ਬਣ ਕੇ ਤਿੰਨ ਕੁੱਤੇ ਨਾਲ ਲੈ ਰਹੇ। ਤਾਂ ਸਵੇਰ ਨੂੰ ਜਦੋਂ ਕਿ ਬਾਗ ਬਾੜੀ ਜਾਣਾ ਤਾਂ ਇੱਕ ਸੈਰ ਦੇ ਹੋ ਕੇ ਖੜ ਗਏ ਮਹਾਰਾਜ। ਤਾਂ ਬਾਦਸ਼ਾਹ ਦੀਆਂ ਨਜ਼ਰਾਂ ਬਹੁਤ ਤੇਜ਼ ਹੁੰਦੀਆਂ ਨੇ ਭਾਈ। ਬਾਦਸ਼ਾਹ ਕਹਿਣ ਲੱਗਾ ਹੇ ਵਜ਼ੀਰ, ਇਹਨਾਂ ਕੁੱਤਿਆਂ 'ਚੋਂ ਦੋ ਕੁੱਤੇ ਮੁੱਲ ਹੈ ਕਿ ਆਪਣੇ ਮਹਿਲਾਂ ਦੀ ਸਜਾਵਟ ਬਣੂਗੀ, ਨਾਲੇ ਮਹਿਲਾਂ ਦੀ ਰਖਵਾਲੀ ਕਰਨਗੇ। ਵਜ਼ੀਰ ਵੀ ਬਹੁਤ ਚਲਾਕ ਹੁੰਦੇ ਸੀ। ਉਹ ਕਹਿਣ ਲੱਗੇ ਬਾਦਸ਼ਾਹ ਸਲਾਮਤ, ਜਿਹੜੇ ਮਹਾਂਪੁਰਸ਼ ਹੁੰਦੇ ਹੈ ਇਹ ਬਾਦਸ਼ਾਹ ਤੋਂ ਵੀ ਬਾਦਸ਼ਾਹ ਉੱਪਰ ਹੋਣਗੇ। ਕਿਆ ਪਤਾ ਮੈਨੂੰ ਮੁਕਰ ਵੀ ਜਾਣ ਕਿ ਤੁਸੀਂ ਡਾਇਰੈਕਟਰ ਗੱਲ ਕਰ ਲਓ। ਬਾਦਸ਼ਾਹ ਦੇ ਦਿਮਾਗ ਵਿੱਚ ਵੀ ਆ ਕੇ ਚਲੋ ਮੈਂ ਜਾ ਕੇ ਡਾਇਰੈਕਟਰ ਪੁੱਛ ਲੈਂਦਾ। ਜਾ ਕੇ ਕਹਿਣ ਲੱਗੇ ਹੇ ਫਕੀਰ ਸਾਈਂ, ਇਹਨਾਂ ਕੁੱਤਿਆਂ ਵਿੱਚੋਂ ਦੋ ਕੁੱਤੇ ਮੁੱਲ ਦੇ ਦਿਉ, ਮੈਨੂੰ ਜਿੰਨੀ ਰਕਮ ਲੈਣੀ ਉਨੀ ਰਕਮ ਲੈ ਲਓ ਆਪਣੀ। ਤਾਂ ਮਹਾਰਾਜ ਜੀ ਕਹਿਣ ਲੱਗੇ ਬਾਦਸ਼ਾਹ ਸਲਾਮਾ, ਪੈਸੇ ਦੀ ਤਾਂ ਕੋਈ ਜ਼ਰੂਰਤ ਨਹੀਂ, ਮਹਾਂਪੁਰਸ਼ਾਂ ਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਪੈਂਦੀ, ਪਰ ਲੇਕਿਨ ਇਹ ਤੇਰੇ ਕੌਣ ਹੈਗੇ? ਬਾਪ ਦਾਦਾ ਪੜਦਾਦਾ ਤਿੰਨੇ ਹੈਗੇ, ਚੌਥੀ ਸੰਗਤ ਤੇਰੇ ਵਾਸਤੇ ਵੀ ਤਿਆਰ ਹੈ ਭਾਈ। ਤਾਂ ਬਾਦਸ਼ਾਹ ਸਲਾਮਤ ਬੋਲਣ ਲੱਗੇ, ਕਹਿਣ ਲੱਗੇ ਹੇ ਫਕੀਰ ਸਾਈਂ, ਆਪਣੇ ਮੁਖਾਰ ਵਿੱਚੋਂ ਚੰਗੀ ਬਾਤਾਂ ਨਿਕਾਲੋ, ਜਾਂ ਮੇਰੇ ਪੇਦਾਦੇ ਪੜਦਾਦੇ ਕੁੱਤੇ ਬਣੇ। ਤਾਂ ਮਹਾਰਾਜ ਜੀ ਕਹਿੰਦੇ ਹੈ ਭਾਈ ਪਹਿਲਾ ਨੰਬਰ ਤਾਂ ਸਾਧੂ ਝੂਠ ਬੋਲਦੇ ਨੇ, ਜੇ ਸਾਡਾ ਝੂਠੇ ਮੰਨਦਾ ਤਾਂ ਇਹਨਾਂ ਕੁੱਤਿਆਂ ਤੋਂ ਪੁੱਛ ਲਿਆ ਭਾਈ। ਤਾਂ ਕੁੱਤਿਆਂ ਤੋਂ ਪੁੱਛਦਾ ਹੈ ਇਹ ਕੁੱਤਿਓ, ਬੋਲ ਕੇ ਦੱਸੋ, ਸਮਝਾ ਕੇ ਦੱਸੋ ਤੁਸੀਂ ਕੌਣ ਹੈ? ਕੁੱਤਿਆਂ ਨੇ ਕੁੱਕਾ ਮਾਰ ਕੇ ਦੱਸਿਆ, ਸੁਲਤਾਨੀ ਬਾਦਸ਼ਾਹ ਵਾਕਿਆ ਤੇਰੇ ਪੇਦਾਦੇ ਪੜਦਾਦੇ ਹਾਂ ਅਸੀਂ, ਅਸੀਂ ਸ਼ੁਕਰ ਹੈ ਕਿ ਫਿਰ ਵੀ ਸ਼ੁਕਰ ਹੈ ਪਰਮਾਤਮਾ ਦਾ ਜਿਹੜਾ ਅਸੀਂ ਸਦਵਾਂ ਦੇ ਦਰ ਦੇ ਕੁੱਤੇ ਬਣੇ। ਅਗਰ ਜੇ ਤੈਂ ਕਹਿਣਾ ਨਾ ਮੰਨਿਆ ਸਦਵਾਂ ਦਾ, ਤੇਰੇ ਕੋਲ ਚੌਥੀ ਦਫਾ ਆ ਗਏ ਕਿ ਜੇ ਉਹਦੇ ਨਾ ਕਹਿਣਾ ਮੰਨਿਆ ਤਾਂ ਹੱਡਾ ਰੋੜੀ ਦਾ ਕੁੱਤਾ ਬਣਨਾ ਬਹੁਤ ਹੱਥ ਚਪੜੇ ਪੈਣਗੇ ਮੁੱਖ ਨੂੰ।
ਮੁੱਖ ਵਿੱਚ ਹਰ ਚੱਬੜੇ ਪਹਿਣਗੇ ਤੇਰੇ ਕੋਲ ਚੌਥੀ ਦਫ਼ਾ ਮਹਾਰਾਜਾ ਬੜੀ ਠੇਸ ਲੱਗੀ। ਉੱਥੇ ਮਹਾਰਾਜ ਜੀ ਕਿਆ ਕਹਿੰਦੇ, ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ, ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆ